कर दे। मेरा काम ये है गुरद्वारा साहब के नाल दी नाल मंजे बुण की सेवा चल रही है माइया वालों। धन्यवाद है माइया का सत्कार योग बीबिया। बहुत बहुत धन्यवाद सत्कार योग मातावां दा भैणां दा जो लगातार गुरद्वारा साहब विखे हर तरह की सेवा दे विच योगदान पाउंदियां ने अपना बहुत बहुत धन्यवाद। मंजे बुण की सेवा चल रही है अज गुरु घर। हाँ जिन्हें आना आज गल सही है बबी। नाल दी नाल रंग भी करनी है ना। रंग भी करोगे तुसीं पुराने मंजे रंग करोगे है हर सगा बोलते नहीं काम वाले बंदे बोलते नहीं है ना बस कला काम ही करते नहीं मंजे नहीं पुराने है जी ऊ रंग वह पुराना हो गया। नहीं कोई ना चक लिया जी कलू जाना अज अज नहीं पता अज उ गुरमा खेन जाना उन्होंने गुरमा जाता हूँ गुरमा। हाँ तू कुछ करता तो है नहीं प्रेयर उ तरह फिरदा हो तू कुछ नहीं करता है देख ला दूजा कहना लो जी अज लगातार सेवा देना गुरु घर विखे सेवा चल रही है मंजे बुनन की मंजे नूं रंग भी आप ही किया माता भैणा ने ते हुण बुनन की सेवा चल रही है। बहुत बहुत धन्यवाद सारिया मातावां भैणां दा सत्कारयोग मातावां जो कई दिनों तो लगातार गुरु घर पहुँच के इस सेवा विच वड्डा योगदान पा रही मातावां भैणां। सो सीनियर मातावां भी नाल ही पहुँच दियाँ हर रोज़ अगवाई कर दी छोटी मातावां भैणां बहुत बहुत धन्यवाद सारिया का। नकली दंद लवाए हुए ने हाँ।
ਦੇਖ ਲੈਣਾ ਕਿੰਨਾ ਆਪਾਂ ਨਾ ਜਿਹੜਾ ਥੱਲੇ ਮੱਥਾ ਟੇਕ ਕੇ ਮੁੜ ਜਾਂਦੇ ਹਾਂ, ਆਹ ਚੀਜ਼ ਦੇਖਦੇ ਨਹੀਂ ਆਪਾਂ ਤਾਂ। ਹਾਂ ਓਏ, ਹਾਂ ਬੋਲੋ ਸੇਵਾਦਾਰੋ, ਕੀ ਕਹਿਣਾ ਇਹਦੇ ਬਾਰੇ? ਸਫਾਈ ਕਰ ਦੋ, ਗੇਟ ਚੱਕ ਕੇ। ਗੇਟ ਚੱਕ ਕੇ ਸਫਾਈ ਕਰ ਦਾਂਗੇ। डर लगता कबूतर तो बेचारे, डरदे बेचारे कबूतर। ਕੜੋ ਇੰਨੇ ਭਾਰਾਂ ਨੂੰ ਚੱਕੋ ਵੀਰੇ, ਚਕਾ ਦਿੰਦੇ ਆ ਕੇ ਖੜ ਜਾ। ਇੱਟਾਂ ਵੀ ਛਾੜ ਚ ਕਰਤੀਆਂ ਆਪਾਂ ਨੇ। ਅੱਛਾ, ਸਾਹ ਕਾ ਸ਼ਿਕਾਰਤਾ ਆਹ ਇੱਟਾਂ? ਹਾਂ, ਤਹਾਂ ਚੜ ਗਈ ਤੁਸੀਂ? ਹੋਰ ਕੋਈ ਡਰ ਨਹੀਂ ਲੱਗਦਾ ਸਾਨੂੰ ਯਾਰ? ਨਾ ਕੜੋ ਵੀਰੇ ਆ ਗਿਆ, ਇੱਕ ਮਿੰਟ ਚ ਆ ਗਿਆ ਮਈ ਉਹਨਾਂ ਵੀਰੇ। ਵਾਹ ਜੀ ਵਾਹ, ਇਹ ਆ ਨਗਰ ਦੇ ਨਗਰ ਪਲੋਰੀ ਦੇ ਸੇਵਾਦਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੀ ਸਫਾਈ ਕਰਨੀ ਆ ਉੱਪਰੋਂ, ਇਹਨਾਂ ਬੱਚਿਆਂ ਨੇ ਫੈਸਲਾ ਕੀਤਾ ਵੀ ਇਕੱਲੀ ਸਫਾਈ ਕਰਨੀ ਆ ਗੁਰੂ ਘਰ, ਥੱਲੇ ਵੀ ਉੱਪਰ ਵੀ, ਅਤੇ ਪੜਾਕੇ ਨਹੀਂ ਚਲਾਉਣੇ, ਜਾਣੀ ਧੂੰਆਂ ਨਹੀਂ ਕਰਨਾ, ਧੂੰਆਂ ਨਹੀਂ, ਪ੍ਰਦੂਸ਼ਣ ਤਾਂ ਜਮ੍ਹਾਂ ਨਹੀਂ ਕਰਨਾ। ਗ੍ਰੀਨ ਦਿਵਾਲੀ ਦਿਵਾਲੀ ਬਣਾਉਣੀ ਹੈ ਨਾ, ਸੇਫ ਦਿਵਾਲੀ। ਚਲੋ ਹੁਣ ਥੱਲੇ ਉੱਤਰੋ, ਡਿੱਗਣਾ ਪਿਓ। ਚਲੋ ਕੋਚ ਨਹੀਂ, ਚਲੋ ਅੰਦਰ ਚਲੋ। ਓਏ ਹੈਲੋ, ਡਿੱਗੋਗੇ? ਚਲੋ ਥੱਲੇ ਥੱਲੇ, ਚਲੋ ਵੀਰੇ, ਚਲੋ ਕੋਚ ਨਹੀਂ ਚੜੋ, ਚਲੋ ਖੁੱਡੇ ਖੁੱਡੇ ਖੁੱਡੇ, ਚਲੋ 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 ਚੱਲ ਵੀਰੇ, ਤੂੰ ਵੀ ਰੋਨਾਲਡੋ। ਓਏ ਐ ਮਾਰਨਾ ਨਹੀਂ ਵੀਰੇ, ਐ ਨਹੀਂ ਗਲਤ ਨਹੀਂ ਕਰਨੀ। ਆ ਜਾ ਬਾਬਾ, ਤੂੰ ਵੀ ਆ ਇੱਧਰ, ਚੱਲ ਅੰਦਰ। ਜਿਹੜਾ ਕਾਲੂ ਇਕੱਲੇ ਲੱਗਿਆ ਮੈਂ ਬੇਚਾਰਾ, ਉਹ ਇਹਨਾਂ ਨੂੰ ਨਾ ਛੇੜਿਓ ਚੰਗਾ ਯਾਰ, ਬੈਠੇ ਰਹਿਣਾ ਵਿਚਾਰਿਆਂ ਨੂੰ, ਕੰਮ ਤਾਂ ਨਹੀਂ ਹੈਗੇ ਇਹ। ਵੈਸੇ ਇਹਨਾਂ ਦਾ ਹੁੰਦਾ ਆਈ ਮੇਰੇ ਹਿਸਾਬ ਸਿਸਟਮ ਕੋਈ ਹਰੇਕ ਸਾਲ ਆਪਾਂ ਛੱਡ ਦਿੰਦੇ ਇਹਨਾਂ ਨੂੰ, ਇੱਥੇ ਅੰਡੇ ਪਏ ਉੱਥੇ ਅੰਡੇ ਪਏ ਨਾ, ਉਹ ਇਹਨਾਂ ਨੂੰ ਸਾਡੇ ਕੋਲ ਸਪੋਰਟ ਆਉਂਦੀ ਤੰਗ ਨਾ ਕਰੋ ਜਵਾਕ ਨੂੰ, ਆ ਜਾਓ ਫਿਰਦਾ ਰਹਿਣ ਨੂੰ ਫਿਰਦਾ ਨੂੰ। ਚਲੋ ਵੀਰੇ ਉਤਰੋ, ਸ਼ਾਬਾਸ਼। ਗੁਰੂ ਘਰਾਂ ਦੀਆਂ ਛੱਤਾਂ ਦੇ ਉੱਤੇ ਇਹ ਚੀਜ਼ ਤਾਂ ਤੁਹਾਨੂੰ ਆਮ ਦੇਖਣ ਨੂੰ ਮਿਲ ਸਕਦੀ ਹੈ, ਕਿਉਂਕਿ ਮੈਂ ਕਹਿੰਦਾ ਆਪਣੇ ਮੂਹਰੇ ਡਾਕੇ ਨਾਲ ਆਉਣਾ ਨਹੀਂ ਨਾ, ਤਾਂ ਹੀ ਗੜਬੜ ਹੁੰਦੀ ਹੈ ਹਨਾ, ਓਏ ਜੇ ਮੂਹਰੇ ਡਾਕੇ ਲੱਗੇ ਫਿਰ ਤਾਂ ਕਿਸੇ ਨੇ ਆਉਣਾ ਹੀ ਨਹੀਂ। ਸਹੀ ਗੱਲ, ਗਰੁੱਪ ਦੇ ਵਾਈਸ ਪ੍ਰਧਾਨ ਕਾਲੂ ਸਿੰਘ ਢੀਂਡਸਾ ਜੀ, ਅਤੇ ਨਾਲ ਉਹਨਾਂ ਨੇ ਸਾਡੇ ਸਾਰੇ ਸੇਵਾਦਾਰ ਵੀਰ ਸਫਾਈ ਕਰਦੇ ਹੋਏ ਗਰਦਾਂ ਠਾਲਤੀਆਂ ਮੁੰਡੇ ਨੇ। ਇਹਨਾਂ 'ਚ ਕੱਚ ਅੱਡ ਕਰਕੇ ਬਸ ਆਈ ਰੱਖਣਾ, ਬਾਅਦ 'ਚ ਦੇਖਣ ਨਹਾ ਤੋ ਬੱਚਿਆਂ ਨਾਲ ਪੰਗੇ ਲੈ ਚੱਲ, ਬਾਹਲਾ ਕੁਛ ਇੱਥੇ ਤੁਹਾਨੂੰ। ਇਹ ਤੂੰ ਫੁਕਰੇ ਕਿਉਂ ਇਹਨਾਂ ਨੂੰ ਜਵਾਕ ਤੰਗ ਕਰੀ ਜਾਣਾ, ਆ ਜਾ ਇੱਧਰ ਦੇਖ ਲੈ, ਇੱਥੇ ਹੱਥ ਜੋੜ ਕੇ ਖੜ ਗਿਆ, ਦੇਖ ਲੈ ਇਕੱਲਾ ਕਾਲੂ ਹੀ ਰਹਿ ਗਿਆ ਥੱਲੇ ਵਿਚਾਰਾ। ਤਾਂ ਹੀ ਪ੍ਰਧਾਨ ਬਣਾਉਣੇ ਨੇ ਵੀਰੇ, ਜਿਹੜਾ ਸੇਵਾ ਕਰਦਾ ਉਹਨੂੰ ਵੱਡੀ ਵੱਡਾ ਉਹਦਾ ਉਹਨੂੰ ਹੀ ਮਿਲਦਾ ਹੁੰਦਾ, ਉਹਦੇ ਨਾਲ ਇਕੱਲੇ ਹੀ ਲੱਗਿਆ ਪਿਆ, ਤੁਸੀਂ ਇੱਥੇ ਮਸਤੀ ਕਰੀ ਜਾਂਦੇ। ਚਲੋ ਫਟਾਫਟ ਚਲੋ ਚਲੋ, ਝਾੜੂ ਮਾਰੋ, ਝਾੜੂ ਚੱਕ ਕੇ ਲੱਗਦੇ ਆਹ ਪੈਣ ਸਾਰੇ ਝਾੜੂ ਚੁੱਕੋ, ਅਸੀਂ ਆਹ ਸਫਾਈ ਕਰਕੇ ਹੈ, ਕੋਈ ਨਾ ਬੈਠੇ ਰਹਿਣ ਤੋਂ ਬਾਅਦ 'ਚ ਦੇਖਾਂਗੇ ਕੀ ਕਰ। ਆ ਜਾਓ ਆਹ ਕਰ ਦਈਏ ਸਾਫ, ਵਿੰਗਾ ਨਹੀਂ ਕਰਨਾ, ਬੇਟੇ ਪਰਿੰਡਾਂ ਦੋ ਨੇ ਅਤੇ ਆਹ ਉਹ ਤੋਂ ਨਿਕਲੇ ਉਹ ਥੱਲੇ ਲੜ ਗਈਆਂ, ਥੱਲੇ ਲੜਨਗੀਆਂ ਹੁਣ। ਓਏ ਇੱਕ ਹੋਰ ਆ ਗਿਆ,
ਹੁਣ ਸਾਰੀਆਂ ਨਿਕਲ ਗਈਆਂ ਤੁਹਾਨੂੰ ਦੱਸਦਾ ਮੈਂ ਹੁਣ ਸਾਰੀਆਂ ਨਿਕਲ ਗਈਆਂ ਓ ਹੋ ਹੋ ਸ਼ਿਕਾਰੀ ਮਾੜੇ ਸ਼ਿਕਾਰੀ ਮਾੜੇ ਆ ਥੋੜੇ ਜਿਹੇ ਲੈ ਲੈ ਨਾ ਫੁਕ ਰਿਹਾ ਢੋਲ ਵਜਾਉਂਦੇ ਇੰਨੀ ਉੱਚੀ ਨੂੰ ਕਿੱਥੋਂ ਫੜ ਲਓਗੇ ਤੁਸੀਂ ਉਹ ਖੜ੍ਹ ਦੇਖ ਲੈਂਦੇ ਕੁੜੀ ਉਹ ਬਸ ਕਰ ਬਸ ਕਰ ਇੰਨੀ ਨੀ ਹੈਗੀ ਤਕੜੀ ਓਏ ਹੋਏ ਉਹ ਗਈ ਬਹੁਤ ਲੜਗੀ 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 ਸੱਤ ਨੂੰ ਤੇਰੇ ਪੈਰਾਂ 'ਚ ਉਹ ਗਾਲਾਂ ਨਹੀਂ ਕੱਢਣੀ ਉਹ ਆਏ ਨਾ ਦੇਖ ਮੂੰਹ 'ਤੇ ਲੜੂਗੀ ਆਏ ਨਾ ਦੇਖ ਮੂੰਹ 'ਤੇ ਲੜੂ ਮੂੰਹ 'ਤੇ ਉਹ ਪਹਿਲਾਂ ਬੱਚੇ ਬੜੇ ਕਰਕੇ ਇਹਨਾਂ ਉੱਤੇ ਬੈਠਦੇ ਰਹੇਗਾ ਓਏ ਖੜੇ ਹੋਏ ਪਰੇ ਹੋ ਮੈਨੂੰ ਦੇਖਣ ਦੇ ਬੜੇ ਮੈਂ ਇਹਨਾਂ ਕਰਨ ਦੇ ਵੀ ਹੋਰ ਹੈਗੀਆਂ ਨੇ ਖੜੇ ਕਮੈਂਟ ਉਹ ਨਾ ਆਏ ਨਾ ਕਰ ਬਾਬਾ ਆਉਣਗੀਆਂ ਇੱਧਰ ਉੱਧਰ ਘੁੰਮ ਕੇ ਆਉਣਗੀਆਂ ਇਹਨਾਂ ਦੱਸਦਾ ਮੈਂ ਉਹ ਕਿਉਂ ਭੂਕਣਾ ਤੋੜਨਾ ਕਰਿਆ ਤੁਸੀਂ ਸਤਨਾਮ ਦੇਖ ਕੇ ਵੀਰੇ ਦੇਖ ਕੇ ਹੁਣ ਨਿਕਲ ਸਕਦੀਆਂ ਨੇ ਸਤਨਾਮ ਆ ਜਾਲੀ ਲਾ ਦੋ ਸੰਭਾਲ ਕੇ ਲਾ ਦੋ ਜਾਲੀ ਹੁਣ ਓਏ ਨਾ ਨਾ ਐਂ ਟੱਕਣਾ ਕਰੋ ਦੁਬਾਰੇ ਫੇਰ ਗੰਦ ਪਤਾ ਉਨਾ ਹੀ ਦੇਖ ਲੈ ਆ ਗਏ ਦੋ ਆ ਗਿਆ ਹੋ ਹੋ ਗਈ ਓਏ ਇੱਕ ਤਰ੍ਹਾਂ ਹਾਂ ਸਹਿਲੇ ਇੱਕ ਤਰ੍ਹਾਂ ਦੀ ਖੇਡ ਹੀ ਆ ਨਾ ਇਹ ਨਾ ਭਰਿੰਡਾਂ ਨੂੰ ਮਾਰਨਾ ਇੱਕ ਤਰ੍ਹਾਂ ਦੀ ਖੇਡ ਹੀ ਆ ਕਿਉਂਕਿ ਹੋਰ ਜਿਹਦੋਂ ਆਪਾਂ ਨੂੰ ਡਰ ਲੱਗਦਾ ਉਹਨੂੰ ਤਾਂ ਚੱਕ ਦੋ ਫਟੇ ਉਹਦੇ ਓਏ ਬਸ ਕਰੋ ਭਾਬੋ ਭੂਗਣਾ ਨਾ ਖਰਾਬ ਕਰ ਦਿਓ ਚਲੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹਨਾਂ ਨੇ ਇੰਨਾ ਖਤਰਨਾਕ ਯੁੱਧ ਸਿਰੇ ਚਾੜਿਆ ਤੇ ਜੇਤੂ ਹੋਏ ਨੇ ਵੀ ਸਾਡੇ ਚੋਪਰ ਪਿੰਡ ਦੇ ਬਹੁਤ ਬਹੁਤ ਧੰਨਵਾਦ ਸਾਰੇ ਸੁਪਨਾ ਦਾ ਵੈਰੀ ਗੁੱਡ ਹੁਣ ਸਾਰਾ ਫਿਰ ਇਕੱਠਾ ਕਰੋ ਕੂੜਾ ਇੰਨਾ ਪਤਾ ਇੱਥੇ ਚਲੋ ਆਹ ਦੇਖ ਲਓ ਹੈ ਓਏ ਕਿਸੇ ਟਾਈਮ 1000 ਰੁਪਇਆ 1600 ਰੁਪਇਆ ਦੇ ਲਾ ਇਹ ਵੀ ਪੂਰੇ ਉਹ ਸੀਗੇ ਨਾ ਇਹਨਾਂ ਦੀ ਕੀਮਤ ਹੁੰਦੀ ਸੀਗੀ ਇਹ 200 ਰੁਪਇਆ ਵੀ ਪਿਆ ਦੇਖ ਜੀ ਪੁਰਾਣੇ ਹੁੰਦੇ ਸੀ ਕਾਲੇ ਬਰੇ ਆ ਦੇਖ ਇਹ 200 ਰੁਪਇਆ ਲੈ ਆ 200 ਰੁਪਇਆ ਵਾਲਾ ਬੋਰਡ ਵੀ ਗਿਆ ਇੱਧਰ ਪਿਆ ਇੱਕ 300 ਵਾਲਾ ਬੋਰਡ ਆਹ 8600 ਰੁਪਇਆ ਲੱਗਣਾ ਇਹ 100 ਵਾਲਾ ਇਹ 2100 ਵਾਲਾ ਗਾ ਜਿਹੜਾ ਇਹਨਾਂ ਦੀ ਵੀ ਕੀਮਤ ਹੁੰਦੀ ਸੀ ਇਹ ਬੋਰਡ ਲੱਗ ਜਾਂਦੇ ਸੀ ਗੁਰੂਆਂ ਘਰਾਂ 'ਚ ਗੁੰਮਤ ਦੀ ਸੇਵਾ ਬਚਨ ਸਿੰਘ ਸਨ ਆਫ ਸੋਭਾ ਸਿੰਘ ਜੋਹਲ ਇਹ ਕੌਣ ਆਪਣਾ ਮੈਂ ਤਾਂ ਜਾਣਦਾ ਨਹੀਂ ਤੂੰ ਜਾਣਦਾ ਪੁਰਾਣੇ ਆ ਪੰਡੋਰੀ ਵਾਲਾ ਬਰੇ ਇਹਦਾ ਪੰਡੋਰੀ ਦੇ ਹੀ ਆਪਾਂ ਹੋਰ ਬਠਿੰਡੇ ਦੇ ਲਓ ਜੀ ਸਾਡੇ ਪ੍ਰਧਾਨ ਸੁਖਵਿੰਦਰ ਸਿੰਘ ਜੀ ਜਿਹਨੂੰ ਅਸੀਂ ਪਿਆਰ ਦੇ ਨਾਲ ਕਾਲੂ ਸਿੰਘ ਢੀਂਡਸਾ ਜੀ ਕਹਿੰਦੇ ਹਾਂ ਇਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਸਾਰੇ ਹੀ ਸਤਿਕਾਰਯੋਗ ਸੇਵਾਦਾਰਾਂ ਨੇ ਅੱਜ ਗੁਰੂ ਘਰ ਦੇ ਗੁੰਬਦ ਦੀ ਬਿਲਕੁਲ ਬਿਲਕੁਲ ਸਾਫ਼ ਸਫਾਈ ਸਾਫ਼ ਹੈ ਨਾ ਹਾਂ ਇਹ ਸਾਡੇ ਜਿਹੜੇ ਪੂਰੀ ਸਾਫ਼ ਕਰਤਾ ਗੁੰਬਦ ਆਹ ਤਾਂ ਛੱਡਤੇ ਆ ਥੋੜ੍ਹੇ ਚਾਰ ਕੁ ਸਿਟੀ ਨੇ ਕਿਉਂਕਿ ਇਹਦੇ ਵਿੱਚ ਆਂਡੇ ਰੱਖੇ ਹੋਏ ਨੇ ਬੱਚੇ ਉਹਦੇ ਕਬੂਤਰਾਂ ਦੇ ਅਤੇ ਵੈਸੇ ਵਧੀਆ ਧੰਨਵਾਦ ਆ ਸਾਰੇ ਸੇਵਾਦਾਰਾਂ ਦਾ ਅਤੇ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਛਕਾਂਗੇ ਚਾਹ ਦੇ ਨਾਲ ਪਕੌੜੇ ਜਿਹੜੇ ਕਿ ਆਪਣੇ ਕਾਲੂ ਸਿੰਘ ਢੀਂਡਸਾ ਜੀ ਲੈ ਕੇ ਆਉਣਗੇ ਅਤੇ ਚੱਲੀਏ ਫਿਰ ਆਪਾਂ ਤਿਆਰੀ ਕਰੀਏ ਥੱਲੇ ਚੱਲੀਏ ਚਲ ਹੋ ਗਈ ਸਫਾਈ ਜੀ ਵੈਰੀ ਗੁੱਡ ਜੀ ਵੈਰੀ ਗੁੱਡ ਜੀ ਇੱਧਰ ਆ ਵੀਰੇ ਇੱਧਰ ਗੁਰੂ ਘਰ ਲੈ ਕੇ ਆਉਣੀ ਆ ਵਾਹ ਜੀ ਵਾਹ ਕਿਆ ਬਾਤ ਆ ਨੀ ਸੇਵਾ ਚੱਲ ਰਹੀ ਹੈ ਗੁਰੂ ਘਰ ਬਾਬਾ ਜੀ ਹੁਣੀ ਗਏ ਨੇ ਇਹ ਸੇਵਾ ਲੈ ਕੇ ਹੈਂ ਤੁਸੀਂ ਵੱਡੇ ਗੁਰੂ ਕਾਰੀ ਕਰ ਵਾਹ ਜੀ ਵਾਹ ਸੇਵਾ ਚਲੋ ਵੈਰੀ ਗੁੱਡ ਦੂਜੀ ਗੱਡੀ ਤਾਂ ਨੰਘ ਗਈ ਤੁਹਾਡੀ ਪਹਿਲਾਂ ਅਤੇ ਇੱਕ ਮੋਹਣੀ ਸੀਗੇ ਇੱਕ ਸੀ ਮਤਲਬ ਪਰਮਿੰਦਰ ਸੀ ਇੱਕ ਪਤਾ ਨਹੀਂ ਕੌਣ ਸੀ ਨਾਲ ਇੱਕ ਹੋਰ ਰੋਹਨ ਸੀ ਰੋਹਨ ਠੀਕ ਹੈ ਚਾਹ ਪਾਣੀ ਪੀਣਾ ਹਾਂ ਠੀਕ ਹੈ ਧੰਨਵਾਦ ਜੀ ਧੰਨਵਾਦ ਚਲੋ ਠੀਕ ਹੈ ਜੀ ਠੀਕ ਫਿਰ ਅਸੀਂ ਜਮਾਂ ਹੀ ਨਹੀਂ ਹਿਲਦੇ ਬਸ ਕਹਿੰਦੇ ਕਿਹੜੇ ਕੱਪੜੇ ਬਦਲੇ ਹੁੰਦੇ ਆਪਦੇ ਫਿਰ ਤਾਂ ਅਸੀਂ ਇੱਥੇ ਰਹਾਂਗੇ ਹੱਥ ਦਾ ਲਓ ਜੀ ਸੇਵਾ ਚੱਲ ਰਹੀ ਹੈ ਗੁਰੂ ਘਰ ਅੱਜ
ਤੇ ਸਾਡੇ ਸੇਵਾਦਾਰ ਮਾਤਾਵਾਂ ਭੈਣਾਂ ਤੇ ਵੀਰ ਸੇਵਾਵਾਂ ਕਰਦੇ ਹੋਏ ਅੱਜ ਅਖੰਡਪੁਰ ਸਾਹਿਬ ਦੇ ਭੋਗ ਪੈਣਗੇ ਗੁਰੂ ਘਰ ਅਤੇ ਪ੍ਰਭਾਤ ਫੇਰੀ ਦਾ ਅੱਜ ਆਖਰੀ ਦਿਨ ਸੀਗਾ ਸਾਰੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੇਰਾ ਤਾਂ ਕੰਮ ਹੀ ਇਹ ਗੁਣ ਗੁਰਤੇਜ ਸਿੰਘ ਜੀ ਸਗਲੇ ਬੈਠੇ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਮੈਂ ਹਾਂ ਹੈਰਾਨ ਮਾਲਕ ਤੇਰਿਆਂ ਰੰਗਾਂ ਤੋਂ ਮੈਂ ਤਾਂ ਹੈਰਾਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਵੈਰੀ ਗੁੱਡ ਸੀ ਬਦਲੋ ਵੈਰੀ ਗੁੱਡ ਮੈਂ ਤਾਂ ਹੈਰਾਨ ਮਾਲਕ ਵੈਰੀ ਗੁੱਡ ਸੀ ਬਦਲੋ ਵੈਰੀ ਗੁੱਡ ਵੈਰੀ ਗੁੱਡ ਸੇਵਾ ਦਾ ਵੈਰੀ ਗੁੱਡ ਸੇਵਾ ਦਾ ਵੈਰੀ ਗੁੱਡ ਸ਼ਾਬਾਸ਼ ਮੈਂ ਹਾਂ ਹੈਰਾਨ ਮਾਲਕ ਤੇਰਿਆਂ ਰੰਗਾਂ ਤੋਂ ਸਵਾ ਸੇਵਾ ਤੁਹਾਨੂੰ ਵੈਰੀ ਗੁੱਡ ਬਾਅਦ ਵਿੱਚ ਸਫਾਈ ਕਰਨੀ ਬਾਹਲੀ ਔਖੀ ਆ ਸਹੀ ਗੱਲ ਆ ਮੈਂ ਦੇਖਿਆ ਵੀ ਹੈ ਨਾ ਕਿ ਨਾ ਪਹਿਲਾਂ ਤਾਂ ਬਹੁਤ ਕਰਦੇ ਨੇ ਬਾਅਦ 'ਚ ਚਲੇ ਜਾਂਦੇ ਸਾਰੇ ਆ ਬਾਅਦ ਵਾਲੀ ਸਫਾਈ ਬਾਹਲੀ ਮੇਨ ਹੁੰਦੀ ਹੈ ਵੈਰੀ ਗੁੱਡ ਕਿਉਂਕਿ ਬਾਅਦ ਦੇ ਵਿੱਚ ਜਿਹੜੀ ਸਾਫ਼ ਸਫਾਈ ਰੱਖਣੀ ਮੈਂ ਐਂ ਕਹਿੰਦੇ ਜਮਾਂ ਚਮਕਾ ਦੇਣਾ ਬਾਅਦ ਗੱਲਾਂ ਹੀ ਕਾਹਦੀਆਂ ਨੇ ਵੈਰੀ ਗੁੱਡ ਬਸ ਇਸੇ ਗੱਲਾਂ ਕਰਕੇ ਕਾਲੂ ਸਿੰਘ ਢੀਂਡਸਾਈ ਨੂੰ ਮੁੱਖ ਸੇਵਾਦਾਰ ਕਿਹਾ ਜਾਂਦਾ ਇਕੱਲੇ ਇਕੱਲੇ ਚੀਜ਼ 'ਤੇ ਨਿਗਾਹ ਮਾਰਨੀ ਵੀ ਕਿਹੜੀ ਚੀਜ਼ ਬਾਹਰ ਪਈ ਹੈ ਕਿਹੜੀ ਚੀਜ਼ ਬਾਹਰ ਰਹੇਗੀ
ਕੱਲੀ ਕੱਲੀ ਚੀਜ਼ ਤੇ ਦੇਖੋ ਤਾਂ ਹੀ ਮੁੱਖ ਸੇਵਾਦਾਰ ਕਿਹਾ ਜਾਂਦਾ ਪਰਮਿੰਦਰ ਵੀਰੇ ਤੁਸੀਂ ਵੀ ਮਾੜਾ ਮੋਟਾ ਦੇਖੋ ਕੋਈ ਰਹਿੰਦਾ ਸਮਾਨ ਦੇਖੋ ਕਿਸੇ ਪਾਸੇ ਧੰਨ ਗੁਰੂਆਂ ਦੀ ਬਾਣੀ ਨੇ ਕਾਗੋ ਕਾਗੋ ਕੌੜੇ ਕਾਗੋ ਧੰਨ ਗੁਰੂਆਂ ਦੀ ਬਾਣੀ ਨੇ ਕੰਮ ਹੀ ਹੈ ਨੀ ਕੋਈ ਮੈਨੂੰ ਹੋਰ ਸਾਡਾ ਕੰਮ ਹੀ ਅਸੀਂ ਕੈਦ ਕਰ ਲੈਣਾ ਬੱਚੇ ਬੰਦਿਆਂ ਨੂੰ ਜਿਹੜੇ ਬੰਦੇ ਸੇਵਾ ਕਰਦੇ ਉਹਨਾਂ ਨੂੰ ਕੈਦ ਕਰਨਾ ਹੀ ਕਰਨਾ ਸਾਡਾ ਕੰਮ ਹੀ ਇਹ ਬੰਦੇ ਹੀ ਕੈਦ ਕਰਨਾ ਬਸ ਕਹਿੰਦੇ ਹਾਂ ਆਂਟੀ ਜਮਾ ਹੀ ਨੀ ਸੇਵਾ ਕਰਕੇ ਰਾਜੀ ਹੈਗੀ ਜਦੋਂ ਕਰੇ ਇੱਧਰ ਨੂੰ ਕਿਹੜਾ ਕਰੇ ਉੱਧਰ ਨੂੰ ਕਿਹੜਾ ਆਂਟੀ ਗੁੱਸਾ ਹੀ ਨਾ ਕਰਦੀ ਦੁਬਾਰੇ ਸਾਫ ਦਾ ਉਹਦੇ ਵਾਪਸ ਲੈ ਲੈਣੇ ਆਂਟੀ ਬਹੁਤ ਸੇਵਾ ਕਰਦੀ ਹੈ ਹੁਣ ਠੀਕ ਹੈ